ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੂਬੀ ਦੀ ਤੇ ਅੱਜ ਮੈਂ ਤੁਹਾਨੂੰ ਮਹਾਨ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੋਇਆ ਲੇਖ ਵੇਲੀਆਂ ਗੱਲਾਂ ਸੁਣਾਉਣ ਜਾ ਰਹੀ ਹਾਂ ਇਹ ਲੇਖ ਉਹਨਾਂ ਨੇ 60-70 ਸਾਲ ਪਹਿਲਾਂ ਲਿਖਿਆ ਹੋਏਗਾ ਤੇ ਜਿੰਨਾ ਕਿ ਇਹ ਉਸ ਵੇਲੇ ਟੁਕਵਾ ਸੀ ਅੱਜ ਉੱਤੋਂ ਵੀ ਜ਼ਿਆਦਾ ਅੱਜ ਦੇ ਸਮੇਂ 'ਚ ਇਹ ਟੁਕਵਾ ਹੈ ਤੇ ਲੇਖ ਇਸ ਤਰ੍ਹਾਂ ਹੈ ਅੱਜ ਕੱਲ ਦੀ ਜ਼ਿੰਦਗੀ ਇੱਕ ਖੁੱਲੜ ਹੈ ਵਾਵਰੂਲਾ ਹੈ ਇਸ ਚਵੇਲ ਕਿੱਥੇ ਤੇ ਵੇਲੀਆਂ ਗੱਲਾਂ ਦਾ ਮੌਕਾ ਕਿੱਥੇ ਫਿਰ ਸਾਰੇ ਸਿਆਣੇ ਧਾਰਮਿਕ ਲਿਖਾਰੀ ਤੇ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਚ ਬਤਾਇਆ ਜਾਏ ਕੰਦੇ ਨੇ ਜਿੱਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ ਉੱਥੇ ਹਰ ਕਥਨ ਦੀ ਵੀ ਗਿਣ ਗਿਣ ਕੇ ਲੇਖਾ ਦੇਣਾ ਪਏਗਾ ਇਸ ਲਈ ਹਰੇਕ ਆਦਮੀ ਨੂੰ ਆਪਣੀ ਜੀਬ ਨੂੰ ਲਗਾਮ ਪਾ ਕੇ ਰੱਖਣਾ ਚਾਹੀਦਾ ਹੈ ਸਿਰਫ ਲੋੜ ਪਏ ਤੇ ਮੂੰਹ ਖੋਲਣਾ ਚਾਹੀਦਾ ਹੈ ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਾਂ ਝਟ ਜੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ ਚੁੱਪ ਜਹੀ ਕੋਈ ਚੀਜ਼ ਨਹੀਂ ਚੁੱਪ ਸੁਨਹਿਰੀ ਹੈ ਤੇ ਬੋਲ ਰੁਪੈਰੀ ਕਈਆਂ ਨੇ ਤਾਂ ਚੁੱਪ ਦੇ ਮਜ਼ਬੂਤ ਉੱਤੇ ਕਿਤਾਬਾਂ ਲਿਖ ਮਾਰੀਆਂ ਹਨ ਇਹ ਤਾਂ ਇਉਂ ਹੋਇਆ ਜਿਵੇਂ ਕੋਈ ਆਰਾਮ ਢੂੰਡਣ ਲਈ ਸੌ ਕੋ ਪੈਂਡਾ ਮਾਰੇ ਜਾਂ ਵਰਤ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ ਚੁੱਪ ਦੇ ਇੰਨੇ ਗੁਣ ਗਾਏ ਹਨ ਕਿ ਹੁਣ ਹਰ ਇੱਕ ਸਿਆਣੇ ਆਦਮੀ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ ਹਫਤੇ ਭਰ ਦੇ ਲੈਕਚਰਾਂ ਤੇ ਇੰਟਰਵਿਊਆਂ ਮਗਰੋਂ ਮਹਾਤਮਾ ਗਾਂਧੀ ਨੂੰ ਪ੍ਰਾਸ਼ਿਤ ਵੱਜੋਂ ਇੱਕ ਦਿਨ ਮੌਨ ਵਰਤ ਰੱਖਣਾ ਪੈਂਦਾ ਸੀ ਜਿੰਨਾ ਕੋਈ ਆਦਮੀ ਧਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਹੁੰਦਾ ਹੈ ਉਹਨਾਂ ਹੀ ਚੁੱਪ ਤੇ ਖੁੱਲੀਆਂ ਗੱਲਾਂ ਕਰਨ ਤੋਂ ਸੰਗਣ ਵਾਲਾ ਹੁੰਦਾ ਹੈ ਉਸ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਮੇਰੀ ਕਿਸੇ ਗੱਲ ਤੋਂ ਕੋਈ ਗਲਤ ਫੈਲਾ ਨਾ ਉਠਾਲਵੇ ਨਾਲੇ ਕਈ ਵੱਡੇ ਨਿਰੇ ਧਨ ਕਰਕੇ ਜਾਂ ਪਦਵੀ ਕਰਕੇ ਵੱਡੇ ਹੁੰਦੇ ਹਨ ਉਹਨਾਂ ਵਿੱਚ ਕੋਈ ਵੱਡਾ ਗੁਣ ਨਹੀਂ ਹੁੰਦਾ ਇਸ ਲਈ ਉਹ ਆਪਣਾ ਕੰਮ ਪ੍ਰਾਈਵੇਟ ਸਕੱਤਰਾਂ ਹੀ ਟਪਾ ਲੈਂਦੇ ਹਨ ਤੇ ਲੋਕਾਂ ਸਾਹਮਣੇ ਉਹ ਮੱਥੇ ਤੇ ਘੋਰੀ ਪਾਉਂਦੇ ਜਾਂ ਮੁੱਛਾਂ ਨੂੰ ਤਾ ਦਿੰਦੇ ਲੰਘ ਜਾਂਦੇ ਹਨ ਫਾਰਸੀ ਦੇ ਆਖਾਨ ਮੋਚ ਜਦ ਤੋੜੀ ਉਹ ਮੂੰਹ ਖੋਲ ਕੇ ਗੱਲ ਨਹੀਂ ਕਰਦੇ ਤਾਂ ਤੋੜੀ ਉਹਨਾਂ ਦੇ ਗੁਣ ਔਗੁਣ ਛੁਪੇ ਰਹਿੰਦੇ ਹਨ ਜੇ ਉਹਨਾਂ ਅੰਦਰ ਗੁਣ ਹੋਣ ਵੀ ਤਾਂ ਜ਼ਰੂਰੀ ਨਹੀਂ ਕਿ ਉਹ ਦੱਸ ਸਕਣ ਕਿਉਂਕਿ ਗੱਲਬਾਤ ਕਰਨ ਦਾ ਵੱਲ ਹਰ ਇੱਕ ਨੂੰ ਨਹੀਂ ਆਉਂਦਾ ਆਮ ਲੋਕੀ ਤਾਂ ਸੰਗਲ ਫੜ ਕੇ ਨਾ ਛੱਡਦੇ ਹਨ ਖੁੱਲ ਦੀ ਤਾਰੀ ਕੋਈ ਲਾਉਂਦਾ ਪਰ ਜੱਤਕਰ ਕੋਈ ਆਦਮੀ ਖੁੱਲ ਕੇ ਗੱਲ ਨਾ ਕਰੇ ਉਹਦੇ ਦਿਲ ਦੀ ਰੌ ਪਤਾ ਨਹੀਂ ਲੱਗ ਸਕਦੇ ਆਮ ਤੌਰ ਤੇ ਵੱਡਿਆਂ ਦੇ ਦਿਲ ਤੱਕ ਪਹੁੰਚਣਾ ਔਖਾ ਹੁੰਦਾ ਹੈ ਲੋਕ ਕਹਿੰਦੇ ਹਨ ਕਿ ਬੋਲੀ ਅੰਦਰ ਦਾ ਭਾਵ ਜ਼ਾਹਰ ਕਰਨ ਵਾਸਤੇ ਬਣੀ ਹੈ ਵਿਆਕਰਨ ਦੇ ਮੁੱਢਲੇ ਭਾਗ ਜਿਉਂ ਹੀ ਪੜੀਦਾ ਪਰ ਅਸਲ ਚ ਜੋ ਗੱਲ ਦੇਖੀ ਜਾਂਦੀ ਹੈ ਉਹ ਇਹ ਆ ਕਿ ਅੱਜਕੱਲ ਬੋਲੀ ਬਹੁਤ ਕਰਕੇ ਦਿਲ ਦੇ ਭਾਵ ਲੁਕਾਉਣ ਲਈ ਵਰਤੀ ਜਾਂਦੀ ਹੈ ਵੱਡਿਆਂ ਦੇ ਚਿਹਰੇ ਨੂੰ ਵੇਖ ਕੇ ਅਨੁਮਾਨ ਲਾਉਣਾ ਔਖਾ ਹੁੰਦਾ ਹੈ ਚਿਹਰਾ ਕੀ ਹੁੰਦਾ ਹੈ ਦਿਲ ਦੇ ਬੁਏ ਤੇ ਪਿਆਰ ਇੱਕ ਪਰਦਾ ਜਿਸ ਤੇ ਰੰਗ ਬਰੰਗੇ ਚਿੱਤਰਾਂ ਤੋਂ ਅੰਦਰ ਦਾ ਅਸਲ ਹਾਲ ਲੱਭਣਾ ਔਖਾ ਹੁੰਦਾ ਹੈ ਇਹੋ ਜਿਹਾ ਆਦਮੀ ਦੀ ਹਰ ਗੱਲ ਹਰ ਹਰਕਤ ਰਸਮੀ ਹੋਵੇਗੀ ਜੇ ਕਿਤੇ ਉਹ ਆਪਣੇ ਅਸਲੀ ਰੂਪ ਚ ਦੇਖਿਆ ਜਾ ਸਕਦਾ ਹੈ ਤਾਂ ਕੇਵਲ ਉਸ ਵੇਲੇ ਜਦੋਂ ਆਪਣੇ 2-4 ਮਿੱਤਰਾਂ ਨਾਲ ਅੰਦਰਖਾਨੇ ਬੈਠ ਕੇ ਵੇਲੀਆਂ ਗੱਪਾਂ ਮਾਰ ਰਿਹਾ ਹੁੰਦਾ ਹੈ ਉਸ ਵੇਲੇ ਉਹਦੇ ਮੂੰਹ ਤੋਂ ਦਿਲ ਤੋਂ ਬੋਲੀ ਤੋਂ ਪਰਦਾ ਲਹਿ ਗਿਆ ਹੁੰਦਾ ਹੈ ਤੇ ਉਹ ਪਲ ਛਣ ਲਈ ਆਪਣੇ ਆਪ ਨੂੰ ਹਉ ਭੂ ਕਰ ਰਿਹਾ ਹੁੰਦਾ ਹੈ ਇਸ ਪੰchre ਤੋਂ ਦੇਖਿਏ ਤਾਂ ਬੇਲੀਆਂ ਗੱਲਾਂ ਲੈਕਚਰਾਂ ਤੇ ਉਪਦੇਸ਼ਾਂ ਕੋਲੋਂ ਵਧੇਰੇ ਨਿਰੋਲ ਤੇ ਸੱਚ ਪਰਖਾਉ ਹੁੰਦੀਆਂ ਹਨ ਕਿਉਂਕਿ ਲੈਕਚਰ ਕਥਾ ਜਾਂ ਬੈਸ ਕਰਨ ਵੇਲੇ ਆਦਮੀ ਇੱਕ ਰਸਮੀ ਚੋਗਾ ਆਪਣੇ ਮਨ ਤੇ ਬੋਲੀ ਉੱਤੇ ਪਾ ਲੈਂਦਾ ਹੈ ਜਿਸਦੇ ਹੇਠਾਂ ਉਸ ਦਾ ਆਪਣਾ ਅਸਲਾ ਛੁਪਿਆ ਰਹਿੰਦਾ ਹੈ ਪਰ ਉਹੀ ਆਦਮੀ ਜਦ ਨਿਵੇਕਲਾ ਬੈ ਕੇ ਕਿਸੇ ਨਾਲ ਖੁੱਲੀਆਂ ਗੱਲਾਂ ਕਰਦਾ ਤਾਂ ਉਸ ਅੰਦਰ ਵਦੇਰੇ ਨਿੱਖੜ ਕੇ ਸਭ ਸੁੱਕੜੇਵੇਂ ਤੇ ਦਿਖਾਵੇ ਦੂਰ ਕਰਕੇ ਪ੍ਰਤੱਖ ਹੁੰਦਾ ਹੈ ਇਸ 'ਚ ਕਿਸੇ ਹੋਰ ਦਾ ਰਲਾ ਨਹੀਂ ਹੁੰਦਾ ਬੋਲੀ ਵੀ ਉਸ ਵੇਲੇ ਸੁਤੰਤਰ ਨਿਰੋਲ ਤੇ ਸਭ ਬਣਾਵਟਾਂ ਤੋਂ ਬਰੀ ਹੁੰਦੀ ਹੈ ਉਸ ਕਿਸੇ ਉੱਤੇ ਖਾਸ ਅਸਰ ਪਾਉਣ ਲਈ ਚਰਨਾਰ ਬਿੰਦ ਮੁਖਾਰ ਬਿੰਦ ਦੋਹਾਂ ਜਹਾਨਾਂ ਦੇ ਵਾਲੀ ਜਗਤ ਰਖਿਆ ਆਦੀ ਰਸਮੀ ਇਸਤਲਾਹਾ ਵਰਤਣ ਦੇ ਮਜਬੂਰ ਨਹੀਂ ਹੁੰਦਾ ਉਹ শীতল ਜਲ ਛਕਦੇ ਹਨ ਨਹੀਂ ਕਹਿੰਦਾ ਬਲਕਿ ਠੰਡਾ ਪਾਣੀ ਪੀਓ ਜੇ ਸਧਾਰਨ ਵਾਕ ਵਰਤਦਾ ਹੈ ਕਈ ਸੱਜਣ ਆਪਣੇ ਖਿਆਲਾਂ ਨੂੰ ਲੈਕਚਰ ਦੀ ਸ਼ਕਲ 'ਚ ਜ਼ਾਹਰ ਕਰਨੋ ਚੱਕਦੇ ਹਨ ਜੇ ਔਖੇ ਸੋਕੇ ਹੋ ਕੇ ਖੜੇ ਹੋ ਵੀ ਜਾਣ ਤਾਂ ਉਹਨਾਂ ਦੇ ਖਿਆਲ ਦੀ ਸੰਗਲੀ ਟੁੱਟ ਟੁੱਟ ਪੈਂਦੀ ਹੈ ਤੇ ਬੋਲੀ ਭਈ ਰਸਮੀ ਵਹਾ ਚ ਵੈਣ ਤੋਂ ਸੰਗਦੀ ਹੈ ਪਰ ਜਦੋਂ ਵਿਹਲੇ ਬੈ ਕੇ ਗੱਲਾਂ ਕਰਨ ਲੱਗਣ ਤਾਂ ਬਹੁਤ ਸੋਨਾ ਅਸਰ ਪਾਉਂਦੇ ਹਨ ਈਵਾ ਡੁੰਗੇ ਖਿਆਲਨ ਵਾਲੇ ਜਾਂ ਬਹੁਤ ਪਿਗਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬਜਵੇਂ ਵਿਖਿਆਨਾ ਰਾਹੀਂ ਨਹੀਂ ਜ਼ਾਹਰ ਕਰ ਸਕਦੇ ਪਰ ਨਿੱਜੀ ਤੌਰ ਤੇ ਆਪਣੇ ਸੰਗੀਆਂ ਸਾਥੀਆਂ ਚ ਬਹਿ ਕੇ ਉਹ ਗੱਲਾਂ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਨ ਪਲਟਾਉ ਹੁੰਦਾ ਹੈ ਜਿਸ ਕਸੇ ਨੂੰ ਭਗਤ ਲక్ష్ਮਣ ਸਿੰਘ ਜੀ ਤੇ ਭਾਈ ਵੀਰ ਸਿੰਘ ਜੀ ਨਾਲ ਬਹਿ ਕੇ ਗੱਲਾਂ ਕਰਨ ਦਾ ਅਫਸਰ ਮਿਲਿਆ ਹੈ ਉਹ ਦੱਸ ਸਕਦਾ ਹੈ ਕਿ ਪ੍ਰਾਈਵੇਟ ਗੱਲਬਾਤ ਕਰਨ ਵਿੱਚ ਕਿੰਨੀ ਕਰਾਮਾਤੀ ਸ਼ਕਤੀ ਹੋ ਸਕਦੀ ਹੈ ਇਹਨਾਂ ਨੇ ਆਪਣੀਆਂ ਲਿਖਤਾਂ ਦੁਆਰਾ ਜੋ ਅਸਰ ਲੋਕਾਂ ਦੇ ਆਚਰਣ ਬਣਾਉਣ ਵਿੱਚ ਕੀਤਾ ਹੈ ਉਸ ਤੋਂ ਜ਼ਿਆਦਾ ਇਹਨਾਂ ਦੀਆਂ ਗੱਲਾਂ ਦਾ ਹੋਇਆ ਹੈ ਭਗਤ ਜੀ ਨੇ ਪਿੰਡੀ ਤੋਂ ਸੈਤਪੁਰ ਨੂੰ ਜਾਂਦੀ ਸੜਕ ਉੱਤੇ ਸੈਰ ਕਰਦੇ ਹਾਂ ਆਪਣੀਆਂ ਅਮੁੱਖ ਗੱਲਾਂ ਨਾਲ ਕਿਤਨਿਆਂ ਨੌਜਵਾਨਾਂ ਦੇ ਦਿਲਾਂ 'ਚ ਦਸ਼ਮेश ਜੀ ਲਈ ਸ਼ਰਦਾ ਭਰੀ ਪੰਥਕ ਸੇਵਾ ਲਈ ਉਤਸ਼ਾਹ ਦਿੱਤਾ ਤੇ ਕੋਸ ਕੀ ਪੁਚਕਾਰ ਕੇ ਕੁਰਾਹੋਂ ਰਾਹੇ ਪਾਇਆ ਾਈ ਵੀਰ ਸਿੰਘ ਜੀ ਨੇ ਆਪਣੇ ਸੋਹਣੇ ਬਾਗ ਦੇ ਕੋਮਲ ਦਵਾਲੇ 'ਚ ਬਹਿ ਕੇ ਆਪਣੀਆਂ ਗੱਲਾਂ ਦੀ ਮੀਂਹ ਵਾਂਗੂੰ ਕਿਣਮਣ ਲਾ ਕੇ ਕਿੰਨਿਆਂ ਤੇ ਜੀਵਨ ਵਿੱਚ ਰਸ ਭਰਿਆ ਸੁਗੰਧਿਤ ਕੀਤਾ ਤੇ ਕੋਮਲ ਬਣਾਇਆ ਇਸੇ ਤਰ੍ਹਾਂ ਹਰ ਸ਼ਹਿਰ ਹਰ ਪਿੰਡ ਵਿੱਚ ਕੁਝ ਕ ਆਦਮੀ ਹੁੰਦੇ ਹਨ ਜੋ ਕਿਤਾਬਾਂ ਤਾਂ ਨਹੀਂ ਲਿਖਦੇ ਤੇ ਨਾ ਕਿਧਰੇ ਖੜੇ ਹੋ ਕੇ ਲੈਕਚਰ ਕਰਦੇ ਹਨ ਪਰ ਪਰੇ ਵਿੱਚ ਬਹਿ ਕੇ ਜੋ ਅਸਰ ਉਹ ਆਪਣੀਆਂ ਗੱਲਾਂ ਨਾਲ ਪਾਉਂਦੇ ਹਨ ਉਸ ਦੇ ਨਾਲ ਦਾ ਅਸਰ ਪਿੰਡਾਂ ਦੇ ਗ੍ਰੰਥੀ ਪੰਡਤ ਜਾਂ ਮੁੱਲਾ ਵੀ ਨਹੀਂ ਪਾ ਸਕਦਾ ਗੁਰਦੁਆਰਿਆਂ ਮੰਦਰਾਂ ਤੇ ਮਸੀਤਾਂ ਚ ਜੋ ਕੁਝ ਥੋਕ ਕਰਕੇ ਵਿਕਦਾ ਹੈ ਇੱਥੇ ਪਰਚੂਨ ਕਰਕੇ ਵਿਹਾਜਿਆ ਜਾਂਦਾ ਹੈ ਜੋ ਉੱਥੇ ਖਰਾਸ ਵਾਂਗੂੰ ਦਰਾਲਿਆ ਜਾਂਦਾ ਹੈ ਇੱਥੇ ਚੱਕੀ ਵਾਂਗੂੰ ਮਹੀਨ ਪੀਠਾ ਜਾਂਦਾ ਹੈ ਜਾਂ ਇਹੋ ਕੋ ਜੋ ਉੱਥੇ ਬਿਨਾਂ ਸੋਚੇ ਸਮਝੇ ਨਿਗਲਿਆ ਜਾਂਦਾ ਹੈ ਉਹ ਇੱਥੇ ਉਗਾਲੀ ਕਰਕੇ ਪਚਾਇਆ ਜਾਂਦਾ ਹੈ ਇੱਕ ਪਾਰਲੀਮੈਂਟ ਹੈ ਜੋ ਹਰ ਥਾਂ ਹਰ ਵੇਲੇ ਲੱਗੀ ਰਹਿੰਦੀ ਹੈ ਇਸ ਵਿੱਚ ਆਮ رائے ਬਣਦੀ ਵੱਡੀਆਂ-ਵੱਡੀਆਂ ਗੱਲਾਂ ਦੇ ਫੈਸਲੇ ਹੁੰਦੇ ਕੋਮਾ ਉੱਸਰਦੀਆਂ ਨਿਸਰਦੀਆਂ ਤੇ ਟੈਂਦੀਆਂ ਹਨ ਕੌਂਸਲਾਂ ਤੇ ਅਸੈਂਬਲੀਆਂ ਚ ਜਾ ਕੇ ਮਤੇ ਪਿੱਛੋਂ ਪਾਸ ਹੁੰਦੇ ਹਨ ਪਰ ਪਹਿਲਾਂ ਉਹ ਮਤੇ ਇੱਥੇ ਬਣਦੇ ਵੋਟਾਂ ਦੀ ਤਿਆਰੀ ਹੁੰਦੀ ਤੇ ਪਾਸ ਫੇਲ ਕਰਨ ਦੇ ਮਸੂਪੇ ਬਣਦੇ ਹਨ ਜੋ-ਜੋ ਖਿਆਲ ਅੰਤਮ ਸ਼ਕਲ ਚ ਅਖਬਾਰਾਂ ਮੈਗਜ਼ੀਨਾਂ ਤੇ ਕਿਤਾਬਾਂ ਚ ਪ੍ਰਕਾਸ਼ਿਤ ਹੁੰਦੇ ਹਨ ਪੱਲਾ ਵਹਿਲੀਆਂ ਗੱਲਾਂ ਗੱਪਾਂ ਦੀ ਸ਼ਕਲ 'ਚ ਇੱਧਰ ਉੱਧਰ ਗੇੜੇ ਲਾਉਂਦੇ ਰਹਿੰਦੇ ਹਨ ਜਦ ਉਹ ਇਸ ਛੱਜ ਵਿੱਚੋਂ ਛੱਟ-ਛੱਟ ਕੇ ਸਾਫ਼ ਹੋ ਕੇ ਸਾਰੀ ਜਨਤਾ ਦੇ ਸਾਹਮਣੇ ਆਉਂਦੇ ਹਨ ਤਾਂ ਉਹਦੇਰੇ ਪ੍ਰਮਾਣਿਕ ਗਿਣੇ ਜਾਂਦੇ ਹਨ ਪਰ ਕੀ ਇਹ ਛੱਟਣ ਛਟਾਉਣ ਵਾਲਾ ਕੰਮ ਨੇ ਕੰਮਾ ਹੈ ਇਸ ਤੋਂ ਬਿਨਾ ਕੋਈ ਖਿਆਲ ਕੋਈ ਰਾਏ ਪੱਕੀ ਨਹੀਂ ਹੋ ਸਕਦੀ ਤੇ ਜੋ ਉਸਾਰੀ ਕੰਮ ਦੀ ਜਾਂ ਇਸ ਤੇ ਕੰਮਾਂ ਦੀ ਹੋਵੇਗੀ ਉਹ ਕੱਚੀ ਪਿੱਲੀ ਜਾਂ ਛੇਤੀ ਬਦਲਣ ਵਾਲੀ ਹੋਵੇਗੀ ਇਕ ਸਕੂਲ ਹੈ ਜਿਸਟ ਅਕਬਰ ਰਣਜੀਤ ਸਿੰਘ ਡਿਕਨ ਟੈਗੋਰ ਬਰਾਊਨਿੰਗ ਆਦਿ ਮਹਾਪੁਰਖ ਪੜੇ ਆਮ ਗੱਲ ਬਾਤ ਉਤੇ ਕੋਈ ਕਾਪੀਰਾਈਟ ਦਾ ਦਾਪਾ ਨਹੀਂ ਹੁੰਦਾ ਜਿਹੜਾ ਵੀ ਖਿਆਲ ਚੰਗਾ ਲੱਗੇ ਉਹ ਤੁਸੀਂ ਲੈ ਕੇ ਆਪਣਾ ਬਣਾ ਸਕਦੇ ਹੋ ਕੋਈ ਨੁਕਤਾ ਜਾਂ ਪਰਚੋਲੀਆ ਤੁਹਾਡੇ ਖਿਆਲਾਂ ਦੇ ਸੋਮੇ ਲੱਭ ਕੇ ਤੁਹਾਨੂੰ ਚੋਰ ਨਹੀਂ ਆ ਸਕਦਾ ਇਸ ਵਿੱਚ ਆਜ਼ਾਦੀ ਪੂਰੀ ਪੂਰੀ ਹੈ ਨਾ ਇਸ ਵਿੱਚ ਖੁਫੀਆ ਪੁਲਿਸ ਦਾ ਡਰ ਨਾ ਕਿਸੇ ਕਾਨੂੰਨ ਦੀ ਉਲੰਘਣਾ ਦਾ ਘਰ ਬੈਠੇ ਜੋ ਇੱਕ ਦੋ ਨਾਲ ਗੱਲ ਕਰਨੀ ਹੋਈ ਕਿਤਾਬਾਂ ਲਿਖਣ ਲਈ ਹਜ਼ਾਰ ਪ੍ਰਿੰਟ ਕਰਨੇ ਪੈਂਦੇ ਹਨ ਪਹਿਲਾ ਮਸਾਲਾ ਇਕੱਠਾ ਕਰਨਾ ਹੈ ਫਿਰ ਉਸ ਨੂੰ ਸੋਧ ਕੇ ਈਉਂ ਛਾਪਣਾ ਹੈ ਕਿ ਕੋਈ ਗਲਤੀ ਨਾ ਪਕੜ ਸਕੇ ਫਿਰ ਸਜਣਾ ਮਿੱਤਰਾਂ ਦੀਆਂ ਨਾਰਾਜ਼ਗੀਆਂ ਲੋਕਾਂ ਦੇ ਬਹਿਮਾ ਤੇ ਕਾਨੂੰਨ ਦੀਆਂ ਪਕੜਾਂ ਤੋਂ ਬਚਣਾ ਜ਼ੁਬਾਨੀ ਗੱਲ ਕਥ ਕਰਨ ਵਿੱਚ ਇਹ ਪੁਆੜੇ ਇਹ ਸੰਗਾ ਇਹ ਰੁਕਾਵਟਾਂ ਨਹੀਂ ਹੁੰਦੀਆਂ ਇਸ ਲਈ ਇਸ 'ਚ ਵਧੇਰੇ ਖੁੱਲ ਹੁੰਦੀ ਹੈ ਜਿਸ ਵਿੱਚ ਵਧੇਰੇ ਆਪਣਤ ਵਧੇਰੇ ਨੇਕ ਨੀਤੀ ਵਧੇਰੇ ਧਿਆਨਤਦਾਰੀ ਵਰਤਨ ਦਾ ਅਫਸਰ ਮਿਲਦਾ ਹੈ ਜੇ ਇਸ ਖੁੱਲ ਦੇ ਵਰਤਨ ਦੀ ਜਾਂਚ ਜਾਂ ਜ਼ਿੰਮੇਵਾਰੀ ਦਾ ਭੇਦ ਨਾ ਹੋਵੇ ਤਾਂ ਇਹ ਖੁੱਲ ਬਹੁਤ ਖਰੂਦਮਚਾਉਂਦੀ ਹੈ ਆਪ ਖੁਦਰਾ ਆਤਮੀ ਗੱਪਸ਼ਾਪ ਨੂੰ ਵੈਰ ਕੱਢਣ ਦਾ ਸਾਧਨ ਬਣਾ ਲੈਂਦਾ ਹੈ ਉਹ ਲੋਕਾਂ ਦੀ ਨਿੰਦਾ ਚੁਗਲੀ ਕਰਦਾ ਘਰ ਨੂੰ ਘਰ ਤੋਂ ਪੜਦਾ ਦੋਸਤਾਂ ਮਿੱਤਰਾਂ 'ਚ ਗਲਤਫਹਿਮੀਆਂ ਪਾ ਕੇ ਨਖੇੜਦਾ ਚਾਰੇ ਭਾਈਚਾਰੇ ਵਿੱਚ ਕੁਰਸ ਤੇ ਗੁੰਝਲਾ ਪਾ ਦਿੰਦਾ ਹੈ ਪਰ ਗੱਪੀ ਹੁਣ ਕਰਕੇ ਉਸ ਦੇ ਅੰਦਰ ਦੇ ਔਗਣ ਛੇਤੀ ਬਾਹਰ ਆ ਜਾਂਦੇ ਹਨ ਲੋਕੀ ਉਸ ਨੂੰ ਪਛਾਣ ਕੇ ਜਾਂ ਤਾਂ ਉਸੇ ਵੇਲੇ ਕੁੱਟਕਟਾ ਕੇ ਸੋਧ ਲੈਂਦੇ ਹਨ ਜਾਂ ਉਸ ਤੋਂ ਦੂਰ ਰਹਿ ਕੇ ਉਸ ਤੋਂ ਪਿੱਛਾ ਛੁਡਾ ਲੈਂਦੇ ਹਨ ਖੁੱਲੀਆਂ ਗੱਲਾਂ ਕਰਨ ਦਾ ਵੀ ਇੱਕ ਹੁਨਰ ਹੈ ਜੋ ਹਰ ਕਿਸੇ ਨੂੰ ਨਹੀਂ ਹੁੰਦਾ ਇਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਕਈ ਗੁਣਾ ਦੀ ਲੋੜ ਹੈ ਸਭ ਤੋਂ ਪਹਿਲੀ ਲੋੜ ਇਸ ਗੱਲ ਦੀ ਹੈ ਕਿ ਗੱਲ ਕਰਨ ਵਾਲਾ ਹਸਮੁਖ ਹੋਵੇ ਉਸਦੇ ਦਿਲ ਵਿੱਚ ਲੰਮੇ ਲੰਮੇ ਵੈਰ ਨਾ ਹੋਣ ਉਸ ਦੀ ਆਮ ਵਾਕ ਵੀ ਤੇ ਤਜਰਬਾ ਬਹੁਤ ਹੋਵੇ ਜੋ ਬਹੁਤ ਕਰਕੇ ਸਫਰ ਕਰਨ ਤੇ ਦੇਸ਼ਾਂ ਵਿੱਚ ਪਹੁੰਚਾਉਣ ਤੋਂ ਮਿਲਦਾ ਹੈ ਸ਼ਾਇਦ ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਬਹੁਤ ਤੀਰਥ ਭਵਿਆ ਤੇ ਤੇ ਲਵਿਆ ਜੋ ਕੁਝ ਆਲੇ ਦੁਆਲੇ ਵਿੱਚ ਵਰਤ ਰਿਹਾ ਹੋਵੇ ਉਸ ਦੀ ਪਛਾਣ ਰੱਖਦਾ ਹੋਵੇ ਨਹੀਂ ਤਾਂ ਉਸ ਦੀਆਂ ਗੱਲਾਂ ਉਸ ਦੇ ਮਖੌਲ ਇੱਕ ਦੋ ਵਾਰੀ ਦੁਹਰਾਏ ਜਾ ਕੇ ਬਾਸੀ ਜੇ ਲੱਗਣ ਲੱਗ ਪੈਣਗੇ ਉਸ ਨੂੰ ਲੋਕਾਂ ਦੀ ਸੁਭਾਅ ਤੇ ਮੌਕਾ ਪਛਾਣਨ ਦੀ ਜਾਂਚ ਹੋਵੇ ਲੋਕਾਂ ਦੀਆਂ ਆਮ ਰੁਚੀਆਂ ਨਾਲ ਹਮਦਰਦੀ ਹੋਵੇ ਤੇ ਆਪਣੀ رائے ਤੇ ਦਲੀਲ ਉੱਤੇ ਹੱਥ ਨਾ ਕਰੇ ਖਾਸ ਕਰਕੇ ਆਪਣੀ ਬੋਲੀ ਉੱਤੇ ਚੰਗਾ ਕਾਬੂ ਹੋਵੇ ਇਹੋ ਜਿਹਾ ਗੱਲਾਂ ਦਾ ਹੁਨਰਮੰਦ ਭਾਈਚਾਰੇ ਦਾ ਪੋਸ਼ਣ ਹੁੰਦਾ ਹੈ ਲੋਕੀ ਸਿੱਖੇ ਸਿਖਾਏ ਵੇਲੀਆਂ ਗੱਲਾਂ ਨੂੰ ਐਵੇਂ ਪਈ ਨਿੰਦਣ ਪਰ ਦਿਲੋਂ ਹਰ ਕੋਈ ਜਾਣਦਾ ਹੈ ਕਿ ਵੇਲੀਆਂ ਗੱਲਾਂ ਬਿਨਾ ਗੁਜ਼ਾਰਾ ਨਹੀਂ ਅੱਜ ਕੱਲ੍ਹ ਦੀ ਕੁੱਠੀ ਹੋਈ ਚਲਦੀ ਦੁਨੀਆ ਵਿੱਚ ਜਿੱਥੇ ਇੰਨੇ ਦੁੱਖ ਤੇ ਰੁਝੇਵੇਂ ਹਨ ਵੇਲੀਆਂ ਗੱਲਾਂ ਦਾ ਹੁਨਰ ਬਹੁਤ ਲਾਭਪੰਦ ਹੈ کارਖਾਨੇ ਵਿੱਚ ਕੰਮ ਕਰਕੇ ਥੱਕੇ ਟੁੱਟੇ ਮਜ਼ਦੂਰਾਂ ਦੀ ਥੱਕੀ ਹੋਈ ਤਬੀਅਤ ਲਈ ਇਹ ਇੱਕ ਤਰ੍ਹਾਂ ਦੀ ਮਲਮ ਹੈ ਜਾਂ ਦਫ਼ਤਰੋਂ ਆਏ ਬਾਬੂ ਨੂੰ ਆਪਣੀ ਬੋਟੀ ਸਾਰੇ ਦਿਨ ਦੀਆਂ ਚੁੰਧੀਆਂ ਚੁੰਧੀਆਂ ਗੱਲਾਂ ਨਾ ਸੁਣਾਏ ਜਾਂ ਸ਼ਾਮ ਨੂੰ ਉਸ ਦਾ ਮਿੱਤਰ ਸੈਰ ਕਰਦੇ ਕਰਦੇ ਵੇਲੀਆਂ ਠੋਕੇ ਉਸ ਨੂੰ ਨਾ ਹਸਾਏ ਤਾਂ ਉਸ ਵਿਚਾਰੇ ਦਾ ਥੋੜੇ ਦਿਨਾਂ ਅਚਕਾਨ ਹੋ ਜਾਵੇ ਜੇ ਕਿਸੇ ਸੰਬੰਧੀ ਦੇ ਘਰ ਮਰਨੇ ਉੱਤੇ ਜਾ ਕੇ ਪਰਚੌਣੀ ਕਰਨੀ ਪਈ ਤਾਂ ਲਕੀਰ ਦਾ ਫਕੀਰ ਤਾਂ ਆਪਣੇ ਸੰਬੰਧੀ ਨੂੰ ਮੌਤ ਚੇਤੇ ਕਰਾ ਕੇ ਉਸ ਤੇ ਅੱਲੇ ਕਾਓ ਐਉਂ ਉਜਿਹੜੇਗਾ ਵਿਚਾਰਿਆ ਤੇਰਾ ਕੁਝ ਨਹੀਂ ਰਿਆ ਤੇਰਾ ਹੁਣ ਜੀਣਾ ਕਿ ਸਰਦ ਪਰ ਜਿਹੜਾ ਆਦਮੀ ਸਮਝਦਾਰ ਹੈ ਉਹ ਗੱਲਾਂ-ਗੱਲਾਂ ਵਿੱਚ ਆਪਣੇ ਦੁਖੀ ਸੰਬੰਧੀ ਨੂੰ ਆਪਣੀ ਹੰਦਰਦੀ ਦੱਸ ਦੇਗਾ ਪਰ ਉਮੀਦ ਵਾਲੀਆਂ ਟਾਰਾ ਸਵਾਲੀਆਂ ਗੱਲਾਂ ਦੇ ਜ਼ਰੀਏ ਉਸ ਦੇ ਖਿਆਲ ਨੂੰ ਮੌਤ ਤੇ ਇਸ ਦੇ ਨਾਲ ਆਏ ਕਸ਼ਟਾਂ ਨੂੰ ਉਸ ਦੀਆਂ ਅੱਖਾਂ ਤੋਂ ਓਲੇ ਰੱਖਣ ਦੀ ਕੋਸ਼ਿਸ਼ ਕਰੇਗਾ। ਇਉਂ ਕਰਨ ਲਈ ਬਹੁਤ ਸਾਰੀਆਂ ਵਿਲੀਆਂ ਗੱਲਾਂ ਦੀ ਲੋੜ ਹੈ ਜੋ ਇਸ ਹੁਨਰ ਵਿੱਚ ਪਰਪੱਕ ਆਦਮੀ ਹੀ ਕਰ ਸਕਦਾ ਹੈ। ਇਸੇ ਤਰ੍ਹਾਂ ਜਦ ਵਿੱਚ ਕੋਈ ਜ਼ਰੂਰੀ ਕੰਮ ਦੀ ਗੱਲ ਕਰਨ ਲੱਗੋ ਤਾਂ ਭੂਮਿਕਾ ਦੇ ਤੌਰ ਤੇ ਕੁਝ ਚਿਰ ਆਸ-ਪਾਸ ਦੀਆਂ ਵਿਲੀਆਂ ਗੱਲਾਂ ਕਰਨ ਦੀ ਲੋੜ ਹੁੰਦੀ ਹੈ। ਕਿਸੇ ਮਿੱਤਰ ਪਾਸੋਂ ਜੋ ਸ਼ਾਊ ਕਰਨਾ ਹੋਵੇ ਉਧਾਰ ਲੈਣ ਜਾਓ ਤਾਂ ਤੁਹਾਨੂੰ ਹਜ਼ਾਰ ਵੇਲਣੇ ਸਿੱਧੇ ਪੁੱਠੇ ਵੇਲਣੇ ਪੈਣਗੇ ਤਦ ਜਾ ਕੇ ਅਸਲੀ ਮਸਮੂਨ ਵੱਲ ਆਉਂਗੇ ਗੱਲ ਸ਼ੁਰੂ ਕਰਨੀ ਔਕੀ ਹੁੰਦੀ ਆ ਜਦ ਇੱਕ ਵਾਰ ਗੱਲ ਰਿੜ ਪਏ ਤਾਂ ਖਿੱਦੋ ਵਾਂਗ ਖੇਡ ਜਾਰੀ ਰਹਿੰਦੀ ਹੈ ਵਿੱਚ ਵਿਚਾਲੇ ਜਿੱਥੇ ਵੀ ਮੌਕਾ ਲੱਗ ਜਾਏ ਆਪਣੇ ਮਤਲਬ ਦੀ ਗੱਲ ਠੇਲ ਲਈਦੀ ਹੈ ਸੁਣਾ ਯਾਰ ਤੂੰ ਤਾਂ ਈਦ ਦਾ ਚਾਨੀ ਹੋ ਗਿਓ ਕਿੱਥੇ ਰਹਿਣਾ ਹੈ ਰਹਿਣਾ ਕੀ ਹੈ ਕਈ ਦਿਨਾਂ ਤੋਂ ਪਿਆ ਪਾਸੇ ਮਾਰਦਾ ਗੋਡੇ ਚ ਚੋ ਤਰਦਾ ਨਿਕਲੀ ਆ ਹਾਂ ਜੀ ਧਨੀ ਲੋਕਾਂ ਦੀਆਂ ਬਿਮਾਰੀਆਂ ਵੀ ਆਰਾਮ ਵਾਲੀਆਂ ਹੁੰਦੀਆਂ ਨੇ ਡਾਕਟਰ ਹੈ ਨਾ ਲੋਕੀ ਮੰਜੇ ਤੇ ਪਿਆਨ ਨੂੰ ਵੀ ਆ ਦਵਾਈ ਪੁੱਛਦੇ ਨੇ ਤੇ ਫੀਸਾ ਪਈ ਦਿੰਦੇ ਨੇ ਜੇ ਮੇਰੇ ਵਰਗਾ ਦੰਗਾਲ ਹੁੰਦੋਂ ਤਾਂ ਬਿਮਾਰ ਪਈ ਦੇਖ ਦੋਂ ਕਿ ਕਿੰਨੀ ਵੀ ਸੌ ਹੁੰਦਾ ਵਾ ਭਈ ਤੂੰ ਕਦੋਂ ਦਾ ਢੰਗਾਲ ਹੋ ਗਿਆ ਤੈਨੂੰ ਪਤਾ ਨਹੀਂ ਮਕਾਨ ਬਣਾ ਬੈਠਾ ਸਭ ਕੁਝ ਵਿੱਜੇ ਲੱਗ ਗਿਆ 6 ਇੱਕ ਮਹੀਨੇ ਦੀ ਔੜ ਹੈ ਫਿਰ ਜਲਥਲ ਹੋ ਜਾਏਗਾ ਹਾਂ ਸੱਚੀ 100 ਦੀ ਡਾਡੀ ਲੋੜ ਹੈ ਪਰਝਾਈ ਕੋਲੋਂ ਪੁੱਛਕਾਂ ਕਿਤੇ ਇੱਧਰ ਉੱਧਰ ਰੱਖੇ ਹੋਣ ਤਾਂ ਕੁਝ ਦਿਨਾਂ ਲਈ ਦੇ ਦੇਵੇ ਬਸ ਇੱਥੋਂ ਆਪਣੇ ਮਤਲਬ ਦੀ ਗੱਲ ਸਿੱਧੀ ਕਰ ਲੈਂਦੀ ਹੈ ਔਕ ਕੇਵਲ ਸ਼ੁਰੂ ਕਰਨ ਵਿੱਚ ਹੀ ਹੁੰਦੀ ਹੈ ਸੋ ਇਹ ਸ਼ੁਰੂ ਕਰਨ ਦਾ ਹਨਰ ਵੀ ਕਪਸ਼ਾਪਕ ਹੁੰਦਾ ਹੈ ਕੋਈ ਦੁੱਖ ਵਾਲਾ ਸੁਨੇਹਾ ਦੇਣਾ ਹੋਵੇ ਕੋਈ ਸਿਫਾਰਿਸ਼ ਪਾਉਣੀ ਹੋਵੇ ਕੋਈ ਸਾਖ ਸੰਬੰਧ ਕਰਨਾ ਪਏ ਤਾਂ ਅਸਲੀ ਮਤਲਬ ਦੀ ਇਮਾਰਤ ਖੜੀ ਕਰਨ ਤੋਂ ਪਹਿਲਾਂ ਕੁਝ ਵੇਲੀਆਂ ਗੱਲਾਂ ਦੀ ਡਿਉੜੀ ਉਸਾਰਨੀ ਪੈਂਦੀ ਹੈ ਕੌਣ ਕਹਿ ਸਕਦਾ ਹੈ ਕਿ ਇਹ ਕਮ ਸੌਖਾ ਹੈ ਜਾਂ ਲੁੜਿੰਦਾ ਨਹੀਂ ਪਿਆਰ ਦੇ ਮਾਮਲੇ 'ਚ ਵੇਲੀਆਂ ਗੱਲਾਂ ਇੱਕ ਖਾਸ ਮਹਾਨਤਾ ਰੱਖਦੀਆਂ ਹਨ ਇਹ ਮੀਆਂ ਦੀ ਰੂਹ ਦੀ ਖੁਰਾਕ ਹਨ ਹਰ ਇੱਕ ਪ੍ਰੇਮੀ ਇਹੋ ਕਹਿੰਦਾ ਹੈ ਕਿ ਦੁਨੀਆ ਸਾਰੇ ਲਾਂਬੇ ਹੋ ਜਾਏ ਤੇ ਬਸ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੇ ਦੋਵੇਂ ਬਹਿ ਕੇ ਗੱਲਾਂ ਕਰੀਏ ਤਾਲੀ ਦੇ ਥੱਲੇ ਬਹਿ ਕੇ ਹਾਂ ਮਈਆ ਵੇ ਅਕਰੀਏ ਦਿਲ ਦੀਆਂ ਗੱਲਾਂ ਤੂੰ ਮੇਰਾ ਤਰਦ ਵੰਡਾਵੇਂ ਮੈਂ ਤੇਰੇ ਤਰਦ ਉਥੱਲਾ ਅੱਬੀ ਦਾ ਬੂਟਾ ਹੋਵੇ ਜਾਂ ਖੜਖੜ ਕਰਦੇ ਪੱਤਰਾਵਾਂ ਵਾਲਾ ਪਿੱਪਲ ਜਿੱਥੇ ਵੀ ਬਹਿ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੂਣ ਨਹੀਂ ਭੁੱਲਦਾ ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ ਜਿੱਥੇ ਮੈਂ ਗੱਲਾਂ ਕੀਤੀਆਂ ਬੁੱਟਾਂ ਰੱਖਿਆ ਨਿਸ਼ਾਨੀ ਮੈਨੂੰ ਆਪਣੇ ਮਿੱਤਰ ਤੇ ਜਮਾਤੀ ਚਰਨਜੀਤ ਸਿੰਘ ਦੇ ਪਿਆਰ ਦੀਆਂ ਯਾਦਗਾਰਾਂ ਵਿੱਚੋਂ ਸਭ ਤੋਂ ਵਧੇਰੇ ਯਾਦ ਰਹਿਣ ਵਾਲੀ ਉਹ ਚਾਕੀ ਹੈ ਕਿ ਜਦੋਂ ਅਸੀਂ ਐਂਟ੍ਰਾਂਸ ਦੇ ਇਮਤਿਹਾਨ ਤੋਂ ਵਿਹਲੇ ਹੋ ਕੇ ਕਾਲਜ ਦੇ ਸਾਹਮਣੇ ਵਾਲੇ ਕਿਕਰ ਹੇਠਾਂ ਰਲ ਕੇ ਬੈਠੇ ਸਾਂ ਤੇ ਘੰਟਿਆਂ ਬੱਦੀ ਅੱਗੇ ਪਿੱਛੇ ਦੀਆਂ ਗੱਲਾਂ ਕਰਦੇ ਰਹੇ ਸਾਂ ਪਿਛਲੀਆਂ ਯਾਦਾਂ ਤੇ ਅੱਗੇ ਆਉਣ ਵਾਲੇ ਵਿੱਚ ਛੋੜੇ ਦੇ ਖਿਆਲ ਨੇ ਸਾਡੀਆਂ ਨਾੜਾਂ ਨੂੰ ਤਣ ਰੱਖਿਆ ਸੀ ਤੇ ਅਸੀਂ ਇੰਨੇ ਸੂਖਮ ਭਾਵ ਵਾਲੇ ਹੋ ਗਏ ਸੀ ਕਿ ਲਹਿੰਦੇ ਸੂਰਜ ਦੀ ਟਿੱਕੀ ਉੱਤੇ ਸਰਕਦੇ ਬੱਦਲਾਂ ਦੇ ਪਰਛਾਵੇਂ ਨੂੰ ਆਪਣੇ ਉੱਤੋਂ ਲੰਘਦੇ ਦੇਖ ਕੇ ਤਰਬਕ ਪੈਂਦੇ ਸਾਂ ਤੇ ਗੁਰਦੁਆਰੇ ਦੇ ਤੀਜੇ ਧੌਂਸੇ ਦੀ ਉਡੀਕ ਵਿੱਚ ਗੱਲਾਂ ਕਾਲੀ-ਕਾਲੀ ਕਰਨ ਲੱਗ ਪੈਂਦੇ ਸਾਂ ਪਰ ਅਮੁਖ ਗੱਲਾਂ ਸਨ ਉਹ ਅਜੇ ਤਾਂ ਹੀ ਨਹੀਂ ਮੁੱਕੀਆਂ ਧੰਨਵਾਦ